ਰਾਮ ਰਹੀਮ ਨੂੰ ਫਿਰ ਮਿਲੀ 21 ਦਿਨਾਂ ਦੀ ਪੈਰੋਲ ਸਜ਼ਾ ਸੁਣਾਏ ਜਾਣ ਤੋਂ ਬਾਅਦ ਵੀ 9 ਵਾਰ ਪੈਰੋਲ ਤੇ ਬਾਹਰ ਆਏ ਰਾਮ ਰਹੀਮ ਜੀ ਹਾਂ ਕਤਲ ਤੇ ਬਲਤਕਾਰ ਦੇ ਦੋਸ਼ਾਂ ਦੇ ਵਿੱਚ ਘਿਰੇ ਰਾਮ ਰਹੀਮ ਨੂੰ ਇੱਕ ਵਾਰ ਫਿਰ 21 ਦਿਨਾਂ ਦੀ ਪੈਰੋਲ ਦੇ ਦਿੱਤੀ ਗਈ ਯਾਨੀ ਕਿ ਰਾਮ ਰਹੀਮ ਜੇਲ੍ਹ ਵਿੱਚੋਂ ਬਾਹਰ ਆ ਗਿਆ ਜੇਲ੍ਹ ਵਿੱਚੋਂ ਸਿੱਧਾ ਯੂਪੀ ਦੇ ਬਾਗਪਤ ਲਈ ਰਵਾਨਾ ਹੋਇਆ ਰਾਮ ਰਹੀਮ ਰੋਤਕ ਦੀ ਸੁਨਾਰੀਏ ਜੇਲ੍ਹ ਵਿੱਚ ਬੰਦ ਰਾਮ ਰਹੀਮ ਜੋ ਕਿ ਕਤਲ ਤੇ ਬਲਤਕਾਰਾਂ ਦੇ ਦੋਸ਼ਾਂ ਵਿੱਚ ਘਿਰਿਆ ਉਸ ਨੂੰ ਪਹਿਲਾਂ ਵੀ 9 ਵਾਰ ਪਰੋਲ ਮਿਲ ਚੁੱਕੀ ਹੈ ਹੁਣ ਕੋਰਟ ਵੱਲੋਂ ਇੱਕ ਸ਼ਰਤ ਤੇ ਉਸ ਨੂੰ ਪਰੋਲ ਦਿੱਤੀ ਗਈ ਕਿ ਉਹ ਆਪਣੀ ਪਰੋਲ इक्की दिन उत्तर प्रदेश के बागपत आश्रम ही रहेगा